ਟੀਵੀ ਸਕਰੀਨ ਤੇ ਨਜ਼ਰ ਆ ਰਹੀ ਇਹ ਤਸਵੀਰ ਉਸ ਬੱਚੇ ਦੀ ਹੈ ਜੋ ਸਕੂਲ ਗਿਆ ਪਰ ਵਾਪਸ ਨਹੀਂ ਪਰਤਿਆ ਅਤੇ 30 ਜੁਲਾਈ ਤੋਂ ਲਾਪਤਾ ਹੈ। ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਪੁੱਤ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਦਰਅਸਲ 15 ਸਾਲਾਂ ਦਾ ਇਹ ਗੌਤਮ ਜੋ ਕਿ ਸਕੂਲ ਗਿਆ ਸੀ 30 ਜੁਲਾਈ ਨੂੰ ਪਰ ਸਕੂਲ ਤੋਂ ਘਰ ਵਾਪਸ ਨਹੀਂ ਪਰਤਿਆ। ਜਦੋਂ ਮਾਪਿਆਂ ਵੱਲੋਂ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਕੂਲ ਤੋਂ ਨਿਕਲਿਆ ਤੇ ਸੀ ਪਰ ਫਿਰ ਕਿਸ ਰਾਹ ਤੇ ਗਿਆ ਇਹ ਹਾਲੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ, ਨਾ ਹੀ ਉਹਨਾਂ ਦੀ ਪੁੱਤ ਨਾਲ ਕੋਈ ਗੱਲ ਹੋਈ। ਮਾਪਿਆਂ ਦੇ ਵੱਲੋਂ ਕਾਫੀ ਤਲਾਸ਼ ਕੀਤਾ ਗਿਆ, ਦੋਸਤਾਂ ਦੇ ਨਾਲ ਸੰਪਰਕ ਕੀਤਾ ਗਿਆ, ਕਲਾਸ ਦੇ ਵਿੱਚ ਪਤਾ ਕੀਤਾ ਗਿਆ ਪਰ ਕਿਸੇ ਤੋਂ ਕੁਝ ਵੀ ਪਤਾ ਨਹੀਂ ਲੱਗਿਆ। ਫਿਰ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਤੋਂ ਦਰਜ ਕਰਵਾਈ ਗਈ ਤੇ ਪੁਲਿਸ ਵੀ ਹੁਣ ਇਸ ਬੱਚੇ ਦੀ ਭਾਲ ਕਰ ਰਹੀ ਹੈ। ਤੇ ਤੁਹਾਨੂੰ ਵੀ ਜੇਕਰ ਇਹ ਬੱਚਾ ਕਿਤੇ ਨਜ਼ਰ ਆਉਂਦਾ ਹੈ ਤਾਂ ਇਹਨਾਂ ਮਾਪਿਆਂ ਦੀ ਮਦਦ ਕਰੋ। 15 ਸਾਲਾਂ ਦਾ ਇਹ ਬੱਚਾ ਜਿਸਦਾ ਨਾਮ ਗੌਤਮ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਨੇੜੇ ਰਾਮਵਾਲੀ ਚੌਂਕ ਦਾ ਰਹਿਣ ਵਾਲਾ ਹੈ। ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਹੈ ਤਾਂ ਅੰਮ੍ਰਿਤਸਰ ਦੇ ਇਸ ਐਡਰੈਸ ਤੇ ਉਸਦਾ ਪਤਾ ਜ਼ਰੂਰ ਦੱਸਣ। ਇਹ ਬੱਚਾ ਸਕੂਲ ਤੋਂ ਨਿਕਲਿਆ ਸੀ ਪਰ ਬਾਅਦ ਵਿੱਚ ਕਿੱਥੇ ਗਿਆ ਹਾਲੇ ਤੱਕ ਮਾਪਿਆਂ ਨੂੰ ਵੀ ਨਹੀਂ ਪਤਾ ਹੈ ਤੇ ਮਾਪੇ ਆਪਣੇ ਬੱਚੇ ਦੀ ਉਡੀਕ ਕਰ ਰਹੇ ਨੇ। ਇਹਨਾਂ ਮਾਪਿਆਂ ਦੀ ਤੁਸੀਂ ਵੀ ਮਦਦ ਕਰੋ। ਟੀਵੀ ਸਕਰੀਨ ਤੇ ਨਜ਼ਰ ਆ ਰਹੀ ਇਹ ਤਸਵੀਰ ਉਸ ਬੱਚੇ ਦੀ ਹੈ ਜੋ ਸਕੂਲ ਗਿਆ ਪਰ ਵਾਪਸ ਨਹੀਂ ਪਰਤਿਆ ਅਤੇ 30 ਜੁਲਾਈ ਤੋਂ ਲਾਪਤਾ ਹੈ। ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਪੁੱਤ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਦਰਅਸਲ 15 ਸਾਲਾਂ ਦਾ ਇਹ ਗੌਤਮ ਜੋ ਕਿ ਸਕੂਲ ਗਿਆ ਸੀ 30 ਜੁਲਾਈ ਨੂੰ ਪਰ ਸਕੂਲ ਤੋਂ ਘਰ ਵਾਪਸ ਨਹੀਂ ਪਰਤਿਆ। ਜਦੋਂ ਮਾਪਿਆਂ ਵੱਲੋਂ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਕੂਲ ਤੋਂ ਨਿਕਲਿਆ ਤੇ ਸੀ ਪਰ ਫਿਰ ਕਿਸ ਰਾਹ ਤੇ ਗਿਆ ਇਹ ਹਾਲੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ, ਨਾ ਹੀ ਉਹਨਾਂ ਦੀ ਪੁੱਤ ਨਾਲ ਕੋਈ ਗੱਲ ਹੋਈ। ਮਾਪਿਆਂ ਦੇ ਵੱਲੋਂ ਕਾਫੀ ਤਲਾਸ਼ ਕੀਤਾ ਗਿਆ, ਦੋਸਤਾਂ ਦੇ ਨਾਲ ਸੰਪਰਕ ਕੀਤਾ ਗਿਆ, ਕਲਾਸ ਦੇ ਵਿੱਚ ਪਤਾ ਕੀਤਾ ਗਿਆ ਪਰ ਕਿਸੇ ਤੋਂ ਕੁਝ ਵੀ ਪਤਾ ਨਹੀਂ ਲੱਗਿਆ। ਫਿਰ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਤੋਂ ਦਰਜ ਕਰਵਾਈ ਗਈ ਤੇ ਪੁਲਿਸ ਵੀ ਹੁਣ ਇਸ ਬੱਚੇ ਦੀ ਭਾਲ ਕਰ ਰਹੀ ਹੈ। ਤੇ ਤੁਹਾਨੂੰ ਵੀ ਜੇਕਰ ਇਹ ਬੱਚਾ ਕਿਤੇ ਨਜ਼ਰ ਆਉਂਦਾ ਹੈ ਤਾਂ ਇਹਨਾਂ ਮਾਪਿਆਂ ਦੀ ਮਦਦ ਕਰੋ। 15 ਸਾਲਾਂ ਦਾ ਇਹ ਬੱਚਾ ਜਿਸਦਾ ਨਾਮ ਗੌਤਮ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਨੇੜੇ ਰਾਮਵਾਲੀ ਚੌਂਕ ਦਾ ਰਹਿਣ ਵਾਲਾ ਹੈ। ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਹੈ ਤਾਂ ਅੰਮ੍ਰਿਤਸਰ ਦੇ ਇਸ ਐਡਰੈਸ ਤੇ ਉਸਦਾ ਪਤਾ ਜ਼ਰੂਰ ਦੱਸਣ। ਇਹ ਬੱਚਾ ਸਕੂਲ ਤੋਂ ਨਿਕਲਿਆ ਸੀ ਪਰ ਬਾਅਦ ਵਿੱਚ ਕਿੱਥੇ ਗਿਆ ਹਾਲੇ ਤੱਕ ਮਾਪਿਆਂ ਨੂੰ ਵੀ ਨਹੀਂ ਪਤਾ ਹੈ ਤੇ ਮਾਪੇ ਆਪਣੇ ਬੱਚੇ ਦੀ ਉਡੀਕ ਕਰ ਰਹੇ ਨੇ। ਇਹਨਾਂ ਮਾਪਿਆਂ ਦੀ ਤੁਸੀਂ ਵੀ ਮਦਦ ਕਰੋ।